ਇਹ ਤਾਂ ਜਮਾ ਨਹੀਂ ਮੰਨੀ ਬੀਬੀ ਆ ਲੈ ਰੋਟੀ ਕੁੱਕ ਕਰ ਲਈਏ ਚਾਹ ਖਾਣੀਆਂ ਬੁੜੇ ਕੋਲੇ ਬੈਠਣ ਵੀ ਨਹੀਂ ਦਿੰਦੀਆਂ ਬਸ ਸੁਨਮੀਤ ਸਿੰਘ ਅੱਜ ਵੀਡੀਓ ਹੈਗੀ ਹੈ ਇੱਕ ਗੋਡੇ ਗੋਡੇ ਚਾਹ ਆਪਣਾ ਪੰਜਾਬੀ ਟ੍ਰੇਲਰ ਹੈ ਸੋਨਮ ਬਾਜਵਾ ਵਿੱਚ ਤੇ ਹੋਰ ਕੌਣ ਤਾਨੀਆ ਗੀਤਾਜ ਗੁਰਜੈਸ ਵਿਜੇ ਅਰੋੜਾ ਸੋ ਦੇਖਦੇ ਹਾਂ ਅੱਜ ਦੀ ਇਹ ਵੀਡੀਓ ਆ ਜਾਓ ਇਹ ਕਹਾਣੀ ਉਹਨਾਂ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ 'ਚ ਬੁੜੀਆਂ ਬਰਾਤ ਨਹੀਂ ਜਾਂਦੀਆਂ ਸੀ ਅੱਛਾ ਹਾਂ ਪਹਿਲਾਂ ਦੇ ਦਿਨਾਂ ਦੇ ਵਿੱਚ ਬੁੜੀਆਂ ਬਰਾਤ ਨਹੀਂ ਜਾਂਦੀਆਂ ਹੁੰਦੀਆਂ ਸੀ ਠੀਕ ਹੈ ਬਾਈ ਇਹ ਸ਼ਾਇਦ ਕਈਆਂ ਨੂੰ ਪਤਾ ਹੋਣਾ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਵੀਡੀਓ ਦੇਖ ਰਹੇ ਆ ਜਾਂ ਸਰਦਾਰ ਸੋਹੀ ਸਾਹਿਬ ਦੀ ਐਕਟਿੰਗ ਐਂਡ ਹੀ ਇਜ਼ ਦਾ ਨਾਈਸ ਪਰਸਨ ਯਾਰ ਉਹ ਫੇਸਬੁੱਕ ਤੇ ਲਿਟਰਲੀ ਰਿਪਲਾਈ ਕਰਦੇ ਸਾਰਿਆਂ ਨੂੰ ਉਹਨਾਂ ਨੇ ਮੈਨੂੰ ਅੱਜ ਤੋਂ 4-5 ਸਾਲ ਪਹਿਲਾਂ ਐਡ ਕੀਤਾ ਸੀ ਤੇ ਮੈਂ ਨਾ ਗੱਲਾਂ ਬਾਤਾਂ ਵੀ ਕੀਤੀਆਂ ਮੈਂ ਖੁਸ਼ ਹੋ ਗਿਆ ਯਾਰ ਮੈਂ ਕਿਹਾ ਕਿਆ ਬਾਤ ਸੋ ਇਹਨਾਂ ਦੀ ਐਕਟਿੰਗ ਇੱਕ ਪਿਓਰ ਆਪਣਾ ਪਿੰਡਾਂ ਦਾ ਇੱਕ ਆਪਣਾ ਬਜ਼ੁਰਗ ਹੁੰਦਾ ਨਾ ਉਹਨਾਂ ਦੀ ਐਕਟਿੰਗ ਇਹਨਾਂ 'ਚੋਂ ਝਲਕਦੀ ਹੈ ਸੋ ਮਜ਼ਾ ਆਉਂਦਾ ਜਦੋਂ ਇਹਨਾਂ ਦੀ ਪੰਜਾਬੀ ਸੁਣਦੇ ਹਾਂ ਆਪਾਂ ਤੁਸੀਂ ਰਿਲੇਟ ਕਰ ਸਕਦੇ ਸਿਰਫ ਬੰਦਿਆਂ ਲਈ ਚੜ੍ਹਦਾ ਹੁੰਦਾ ਸੀ ਜੇ ਬੁੜੀਆਂ ਨੂੰ ਬਰਾਤ ਲੈ ਗਈ ਤਾਂ ਪਿੰਡਾਂ ਦੀਆਂ ਸਾਰੀਆਂ ਬੁੜੀਆਂ ਵਾਸਤੇ ਕਿੰਨੇ ਚਾਵਾਂ ਦੇ ਰਾਹ ਖੁੱਲ ਜਾਣਗੇ ਲਓ ਜੀ ਇਸ ਫਿਲਮ ਦਾ ਮੈਨੂੰ ਲੱਗਦਾ ਹੁਣ ਜਿਹੜਾ ਮਿਸ਼ਨ ਆ ਪੱਕਾ ਮਿਸ਼ਨ ਹੀ ਹੈਗੇ ਬੁੜੀਆਂ ਨੂੰ ਬਰਾਤ 'ਤੇ ਲੈ ਕੇ ਜਾਣਾ ਪਿੱਛੇ ਜੋ ਮਰਜ਼ੀ ਹੋ ਜਾਵੇ ਪਰ ਬੁੜੀਆਂ ਬਰਾਤ 'ਤੇ ਜਾਣਗੀਆਂ ਹੀ ਆਹ ਹੱਥ 'ਚ ਇਹ ਆਂਟੀ ਜੀ ਦੀ ਮੈਂ ਕਹਿੰਦਾ ਯਾਰ ਇਹ ਕੁਝ ਕੁ ਜਿਹੜੀਆਂ ਫੀਮੇਲ ਆਰਟਿਸਟ ਹੈ ਨਾ ਜਿਹੜੀਆਂ ਆਪਣੀ ਇੰਡਸਟਰੀ ਦੀਆਂ ਉਹਨਾਂ ਦੇ ਬਿਨਾਂ ਫਿਲਮ ਇੰਨੀ ਅਧੂਰੀ ਲੱਗਦੀ ਹੈ ਨਾ ਕਿ ਬਸ ਛੱਡ ਦਿਓ ਗੱਲਾਂ ਉਹ ਮੈਨੂੰ ਐਂ ਤਾਂ ਦੱਸ ਦੇ ਤੂੰ ਬਰਾਤ ਜਾ ਕੇ ਕਰਨਾ ਕੀ ਹੈ ਦਾਰੂ ਪੀਣੀ ਹੈ ਤਾਂ ਉੱਥੇ ਜੇ ਬੰਦਿਆਂ ਵਾਂਗੂ ਬੁੱਲਾ 'ਚ ਨੋਟ ਦੇ ਕੇ ਉੱਥੇ ਲਾਹ ਵੀਰੇ ਨੂੰ ਫੜਾਉਣਾ ਪਹਿਲੀ ਵਾਰੀ ਸੁਣਿਆ ਕਿ ਹੈ ਕਿ ਖਾਣ ਪੀਣ ਤੇ ਵੀ ਪਹਿਲਾਂ ਰੋਕ ਲੱਗਦੀ ਸੀ ਏਦਾਂ ਮੇਰੇ ਕੋਲ ਇੱਕ ਜੁਗਤਾ ਹੈ ਥੋੜੀ ਜਿਹੀ ਔਖੀ ਬਹੁਤ ਭੈੜੀ ਹੈ ਯਾਰ ਤੇਰੀ ਵੀ ਮੇਰੀ ਵੀ ਦੋਹਾਂ ਦੀ ਜ਼ਮੀਨ ਨੱਪੂਗੀ ਜਿਹਨੇ ਬਰਾਤ ਜਾਣਾ ਨਾ ਧਰੋ ਮੇਰੇ ਹੱਥ ਹੱਥ ਆ ਚੱਕ ਬੇ ਕੰਕਰੇ ਬੈਠੇ ਸੀ ਬੇਟੀਆਂ ਚ ਲੁਕ ਛੁਪ ਕੇ ਹੋਰ ਪੜਾ ਲਓ ਇਹਨੂੰ ਅੱਖ ਬੇਟੀ ਪੜੇਗੀ ਬੇਟੀ ਬੜੇਗੀ ਬੜ ਗਈ ਬੇਟੀ ਪੁੱਠੇ ਰਾਵਾਂ ਤੇ ਅੱਗੇ ਸਹੀ ਹੈ ਪਰ ਜਿਹੜਾ ਇਹ ਡਾਇਲੋਗ ਹੈ ਇਹ ਤਾਂ ਹੋਣਾ ਹੈ ਨਾ ਫਿਲਮ ਤੁਸੀਂ ਪੁਰਾਣੇ ਜ਼ਮਾਨੇ ਦੀ ਬਣਾਈ ਹੈ ਤਾਂ ਮੇਰੇ ਖਿਆਲ ਉਦੋਂ ਕਿਹਨੇ ਕਿਹਾ ਸੀ ਹੈ ਵੈ ਹੁਣ ਤਾਂ ਨਾਰੇ ਬੇਟੀ ਪੜਾਓ ਅਤੇ ਬੇਟੀ ਬਚਾਓ ਇੱਦਾਂ ਦਾ ਕੁਛ ਹੈ ਨਾ ਅੱਛਾ ਸਹੀ ਹੈ ਅੱਗੇ ਰਿਸ਼ਤਾ ਕਰਨ ਚੱਲੇ ਆ ਪਾਪਾ ਹੋਰੀ ਮੇਰੇ ਜੇਠ ਪਿੰਟੇ ਨਾਲ ਹੀ ਕਰਨ ਲੱਗੇ ਆ ਚੱਕ ਆਹਲੇ ਸੀਨ ਤੋਂ ਮੈਨੂੰ ਯਾਦ ਆ ਗਿਆ ਅੰਗਰੇਜ਼ ਫਿਲਮ ਦੇ ਵਿੱਚ ਜਿਹੜਾ ਸੀਨ ਸੀਗਾ ਅੰਗਰੇਜ਼ ਦੇ ਅਮਰਿੰਦਰ ਗਿੱਲ ਬਾਈ ਉਹ ਉਦੋਂ ਆਹ ਜਿਹੜੇ ਅੰਕਲ ਜੀ ਸਰਦਾਰ ਸੋਹੀ ਸਾਹਿਬ ਇਹ ਇਹਦੇ ਬੰਦੂਕ ਲੈਂਦੇ ਹੁੰਦੇ ਸੱਪ ਡੰਗ ਮਾਰ ਲੈਂਦਾ ਉਹ ਦੇਖ ਲੈਂਦੇ ਹੁੰਦੇ ਫੜ ਲੈਂਦੇ ਹੁੰਦੇ ਸ਼ਾਇਦ ਕਈਆਂ ਨੂੰ ਯਾਦ ਹੋਣਾ ਤੁਸੀਂ ਭਾਵੇਂ ਬਰਾਤ 'ਚ ਅੱਧੀਆਂ ਬੁੜੀਆਂ ਲੈ ਆਓ ਬਰਾਤ 'ਚ ਬੁੜੀਆਂ ਦਾ ਕੀ ਕੰਮ ਹੈ ਐ ਨਹੀਂ ਹੁੰਦਾ ਸਮਾਜ 'ਚ ਆਖੇ ਬੁੜੀਆਂ ਨੂੰ ਨਾਲ ਲੈ ਕੇ ਆਇਓ ਬਰਾਤ ਬਥੇਰੇ ਹੱਥ ਬੰਨੇ ਭਾਈ ਉਹ ਤਾਂ ਜਮਾ ਨਹੀਂ ਮੰਨੇ ਬੀਬੀ ਆ ਲੈ ਰੋਟੀ ਕੁੱਕ ਕਰ ਲਈਏ ਚਾਹ ਖਾਣੀਆਂ ਬੁੜੇ ਕੋਲੇ ਬੈਠਣ ਵੀ ਨਹੀਂ ਦਿੰਦੀਆਂ ਬਸ ਇੱਕ ਮਿੰਟ ਤਾਂ ਮਸਾ ਉੱਠ ਪੈਰ ਥੱਲੇ ਆਇਆ ਯਾਰ ਦੇਖੋ ਇਹ ਪੁਰਾਣੇ ਜ਼ਮਾਨੇ 'ਚ ਹੁੰਦਾ ਸੀਗਾ ਹੈ ਨਾ ਕਿ ਜਿਹੜੇ ਘਰ ਦੇ ਵੱਡੇ ਹੁੰਦੇ ਸੀ ਉਹ ਜੇ ਕਿਸੇ ਦਾ ਘਰੇ ਵਿਆਹ ਹੋ ਜਾਣਾ ਤਾਂ ਉਹ ਬੈਠਣ ਨਹੀਂ ਦਿੰਦੇ ਸੀ ਕੋਲ ਕਿਸੇ ਨਾ ਕਿਸੇ ਬਹਾਨੇ ਘੰਘੂਰਾ ਮਾਰ ਕੇ ਉਹਨੂੰ ਕੰਮ 'ਤੇ ਤੋਰ ਦਿੰਦੇ ਸੀ ਅਤੇ ਇੱਧਰ ਪੁਰਾਣਾ ਕੰਮ ਹੀ ਹੋਇਆ ਵੈ ਨਿਰਮਲ ਰਿਸ਼ੀ ਬਹੁਤ ਰਿਸਪੈਕਟਡ ਨੇ ਬਹੁਤ ਵਧੀਆ ਆਰਟਿਸਟ ਨੇ ਸੀਨੀਅਰ ਆਰਟਿਸਟ ਐਂਡ ਕਿਸੇ ਮਰ ਜਾਣੀਆਂ ਬੁੜੇ ਕੋਲ ਬੈਠਣ ਵੀ ਨਹੀਂ ਦਿੰਦੀਆਂ ਮਸਾਂ ਮਸਾਂ ਤਾਂ ਊੜ ਪਹਾੜ ਦੇ ਥੱਲੇ ਆਇਆ ਸੀ ਗੁੱਡ ਹੈ ਅਸੀਂ ਬੁੜੀਆਂ ਨਾ ਹੜਦੀਆਂ ਨਹੀਂ ਚੁੰਡੀਆਂ ਵਢਾਏ ਬਗੈਰ ਚੱਲ ਤੈਨੂੰ ਮੈਂ ਹੀ ਵੜਦਾ ਚੁੰਡੀਆਂ ਗਲਤੀ ਹੋ ਗਈ ਬਾਪੂ ਜੀ
जैलदर वाली हुण बीबी बन जानी है देखी चले बोलन दित्ती नहीं जट ने जे कुड़ियां दी मर्जी पुछदा ना कोई ਲੈ ਵੀ ਇੱਥੇ ਕੰਮ ਹੁਣ ਇਮੋਸ਼ਨਲ ਹੋ ਗਿਆ ਇੱਥੇ ਹੁਣ ਕਾਫੀ ਸਾਰੇ ਲੋਕ ਸੈਂਟੀ ਹੋ ਸਕਦੇ ਆ ਇਹਦੇ 'ਚ ਮੇਰੀ ਕੋਈ ਗਰੰਟੀ ਨਹੀਂ ਰਾਤ ਤਾਂ ਹੁਣ ਜਾਣਾ ਹੈ ਆਪਾਂ ਇਹ ਲੋਕ ਸਾਨੂੰ ਸਦੀਆਂ ਤੋਂ ਦਬਾਉਂਦੇ ਆਏ ਨੇ ਇਹਨੂੰ ਇੱਜ਼ਤ ਰਾਸ ਨਹੀਂ ਆਈ ਜੇ ਇਹਦੀ ਧੌਣ ਤੇ ਗੋਡਾ ਰੱਖ ਕੇ ਇਹਨਾਂ ਨੇ ਦਿਖਾਇਆ ਤੁਹਾਨੂੰ ਤਾਂ ਮੇਰਾ ਨਾਂ ਵੀ ਦਲੀਪ ਕੌਰ ਨਹੀਂ ਯਾਰ ਇਹ ਮੈਂ ਨਾ ਕੱਲ੍ਹ ਇੱਕ ਪਾਕਿਸਤਾਨੀ ਫਿਲਮ ਦਾ ਰਿਵਿਊ ਕਰ ਰਿਹਾ ਸੀ ਆਪਣੇ ਮੇਨ ਚੈਨਲ 'ਤੇ ਉੱਥੇ ਵੀ ਆਹੀ ਕੁਛ ਚੱਲਣ ਡਿਆ ਯਾਰ ਇਹ ਫੈਮਿਨਿਜ਼ਮ ਵਾਲਾ ਬਹੁਤ ਜ਼ਿਆਦਾ ਉਹ ਹੋ ਰਿਹਾ ਨਾ ਅਤੇ ਮਤਲਬ ਸਾਰੇ ਪਾਸੇ ਐਂ ਕਿਉਂ ਲੱਗ ਰਿਹਾ ਮੈਨੂੰ ਕਿ ਇਸ ਚੀਜ਼ਾਂ ਨੂੰ ਜ਼ਿਆਦਾ ਉਹ ਹਾਈਪ ਕ੍ਰੀਏਟ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਤਾਂ ਬਹੁਤ ਘੱਟ ਗਿਆ ਯਾਰ ਮੁੰਡਾ ਕੁੜੀ ਸਾਰੇ ਬਰਾਬਰ ਹੀ ਹੈ ਕਿਤੇ ਕਿਤੇ ਇਲਾਕਿਆਂ ਦੇ ਵਿੱਚ ਇਹ ਹੋ ਸਕਦਾ ਕਿ ਇਹ ਚੀਜ਼ ਹੋਵੇ ਪਰ ਆਪਣੇ ਪੰਜਾਬ 'ਚ ਤਾਂ ਬਹੁਤ ਘੱਟ ਕਿਸੇ ਦੇਖਣ ਨੂੰ ਮਿਲਦਾ ਹੀ ਨਹੀਂ ਹੋਣੀ ਇਹ ਚੀਜ਼ ਬਹੁਤ ਘੱਟ ਯਾਰ ਕਿਸੇ ਪਿੰਡਾਂ 'ਚ ਜਾਂ ਕਿਸੇ ਡੋਮੈਸਟਿਕ ਵਾਇਲੈਂਸ ਉਹ ਤਾਂ ਚਲੋ ਖਬਰਾਂ ਆਉਂਦੀਆਂ ਰਹਿੰਦੀਆਂ ਕਿਤੇ ਨਾ ਕਿਤੇ ਚੱਲਦਾ ਹੀ ਰਹਿਣਾ ਸੰਸਾਰ ਆ ਭਰਾਵਾ ਕਿਸੇ ਨੂੰ ਆਪਾਂ ਪਰਸਨਲੀ ਥੋੜ੍ਹਾ ਜਾ ਕੇ ਰੋਕ ਸਕਦੇ ਹਾਂ ਪਰ ਹਾਂ ਵੀ ਇਹ ਚੀਜ਼ ਚੰਗੀ ਗੱਲ ਹੈ ਕਿ ਆਪਾਂ ਨੂੰ ਇਹ ਚੀਜ਼ 'ਤੇ ਆਵਾਜ਼ ਉਠਾਉਣੀ ਚਾਹੀਦੀ ਹੈ ਪਰ ਮੈਂ ਦੇਖ ਰਿਹਾ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਹਰ ਪਾਸੇ ਆਹੀ ਕੰਟੈਂਟ ਆ ਗੋਡੇ ਜਿੱਤਿਆ ਸੀਪ ਲਾ ਗਿਆ ਆਪਣੇ ਤੇ ਜਨਾਨੀ ਮਹਿਕਮਾ ਉਹ ਜਿਨ੍ਹਾਂ ਨੂੰ ਅਕਲ ਨਹੀਂ ਹੁੰਦੀ ਆਪਣੀ ਅਕਲ ਕੱਢ ਕੇ ਲੈ ਗਈਆਂ ਮੈਨੂੰ ਸੰਗ ਆਉਂਦੀ ਆ ਸੰਗ ਸੰਗ ਚ ਕੋਠੇ ਟੱਪ ਗਈ ਜੇ ਸੰਗ ਨਾ ਹੁੰਦੀ ਤਾਂ ਦੁਸ਼ਟਾਂ ਨੇ ਰੱਬ ਨੂੰ ਪੌੜੀਆਂ ਲਾ ਦੇਣੀ ਉਹ ਤੁਹਾਡੀ ਡਾਇਲੋਗ ਆਂਟੀ ਜੀ ਘੈਂਟ ਹੈ ਸਿਰਾ ਓਕੇ ਸੋ ਗੁੱਡ ਟੂ ਗੋ ਯਾਰ ਘੈਂਟ ਅੱਛਾ ਇਹਦੇ ਵਿੱਚ ਦੇਖੋ ਪੁਰਾਣਾ ਇੱਕ ਕਲਚਰ ਇਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਪਿੰਡਾਂ ਦੀਆਂ ਬੁੜੀਆਂ ਕਿਸ ਤਰ੍ਹਾਂ ਰਹਿੰਦੀਆਂ ਸੀ ਕਿਸ ਤਰ੍ਹਾਂ ਉਹਨਾਂ ਦਾ ਰਹਿਣ ਸਹਿਣ ਸੀ ਕਲਚਰ ਕੀ ਸੀ ਪਹਿਰਾਵਾ ਕੀ ਸੀ ਬੋਡੀ ਲੈਂਗੁਏਜ ਡਾਂਸ ਕਰਨ ਦਾ ਭੰਗੜਾ ਜਾਂ ਗਿੱਧਾ ਪਾਉਣ ਦਾ ਕਿਸ ਤਰ੍ਹਾਂ ਰਿਵਾਜ਼ ਸੀਗਾ ਜਿਵੇਂ ਇਹਨਾਂ ਨੇ ਐਂਡ 'ਚ ਪਾਉਣ ਦੇਖਿਆ ਹੈ ਨਾ ਯੂਟਿਊਬ 'ਤੇ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖਿਓ ਬੋਲੀਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਿ ਆਪਣੇ ਪਹਿਲਾਂ ਆਪਣੇ ਘਰਾਂ 'ਚ ਜਾਗੋ ਹੁੰਦੀ ਰਹਿੰਦੀ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕਿਵੇਂ ਪਹਿਲਾਂ ਬੁੜੀਆਂ ਨੱਚਦੀਆਂ ਸੀ ਹੈ ਨਾ ਅੱਜ ਕੱਲ੍ਹ ਤਾਂ ਚਲੋ ਡੀਜੇ ਆ ਗਿਆ ਲੇਕਿਨ ਪਹਿਲਾਂ ਬੋਲੀਆਂ ਦੇ ਵਿੱਚ ਜਿਹੜੀ ਇੱਕ ਬੈਟਲ ਹੁੰਦੀ ਸੀ ਦਾਦਕੇ ਨਾਨਕਿਆਂ 'ਚ ਅੱਜ ਕੱਲ੍ਹ ਵੀ ਹੁੰਦੀ ਹੈ ਥੋੜ੍ਹਾ ਚੇਂਜ ਹੋ ਗਿਆ ਸਿਸਟਮ ਪਰ ਉਹ ਮਜ਼ਾ ਨਹੀਂ ਰਿਹਾ ਜਿਵੇਂ ਪਹਿਲਾਂ ਹੁੰਦਾ ਸੀਗਾ ਅਤੇ ਬਾਕੀ ਕੋਨਸੈਪਟ ਵਧੀਆ ਯਾਰ ਇਹ ਕੋਨਸੈਪਟ ਇੱਦਾਂ ਦੇ ਬਣਨੇ ਚਾਹੀਦੇ ਆ ਕਿਉਂਕਿ ਕਈ ਥਾਵਾਂ 'ਤੇ ਇਹ ਚੀਜ਼ ਹੈ ਜਿਵੇਂ ਕਿ ਮੈਂ ਵੀਡੀਓ 'ਚ ਪਹਿਲਾਂ ਕਹਿ ਰਿਹਾ ਸੀ ਕਿ ਬਹੁਤ ਘੱਟ ਗਿਆ ਲੇਕਿਨ ਹਜੇ ਵੀ ਕਈ ਥਾਵਾਂ 'ਤੇ ਹੈ ਠੀਕ ਹੈ ਤਾਂ ਅੱਛਾ ਉਹਦੇ ਨਾਲ ਨਾਲ ਇਹਨਾਂ ਨੇ ਬਹੁਤ ਫਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਫਿਲਮ ਨੂੰ ਕਾਫੀ ਕ੍ਰੀਏਟਿਵ ਲੁੱਕ ਦਿੱਤੀ ਹੈ ਅਤੇ ਟ੍ਰੇਲਰ ਤਾਂ ਉੱਦਾਂ ਹੀ ਆ ਜਿੱਦਾਂ ਆਪਾਂ ਬਾਕੀ ਟ੍ਰੇਲਰਸ ਦੇਖਦੇ ਹਾਂ ਉਸੇ ਤਰ੍ਹਾਂ ਨਾਲ ਐਡੀਟਿਡ ਆ ਲੇਕਿਨ ਹੁਣ ਫਿਲਮ ਆਉਣ ਤੋਂ ਬਾਅਦ ਪਤਾ ਲੱਗੂਗਾ ਕਿ ਸਾਰਾ ਕੀ ਚੱਕਰ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਕਾਫੀ ਅੱਛਾ ਕੋਨਸੈਪਟ ਹੈ ਇੱਕ ਪੁਰਾਣੀ ਫੀਲ ਲੈ ਕੇ ਆਏ ਹੈ ਦੇਖੋ ਇੱਦਾਂ ਦੀ ਫਿਲਮਾਂ ਆਪਣੀ ਪੰਜਾਬੀ ਬਹੁਤ ਬਣ ਰਹੀਆਂ ਬਹੁਤ ਜ਼ਿਆਦਾ ਹੈ ਨਾ ਮਤਲਬ ਪੁਰਾਣੀ ਕਲਚਰ ਨੂੰ ਲੈ ਕੇ ਜਦੋਂ ਤੋਂ ਅੰਗਰੇਜ਼ ਫਿਲਮ ਸ਼ੁਰੂ ਹੋਈ ਬਣੀ ਆ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਇੱਦਾਂ ਦੀਆਂ ਬਣ ਗਈਆਂ ਜਿਹਦੇ ਵਿੱਚ ਪੁਰਾਣਾ ਕਲਚਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਲੇਕਿਨ ਚਲੋ ਇਹ ਇੱਕ ਡਿਫਰੈਂਟ ਚੀਜ਼ ਹੈ ਆਈ ਥਿੰਕ ਇਹ ਬੜੀ ਪੁਰਾਣੀ ਗੱਲ ਹੈ ਕਿ ਜਦੋਂ ਘਰ ਦੀਆਂ ਬੁੜੀਆਂ ਬਰਾਤ ਨਹੀਂ ਜਾਂਦੀਆਂ ਸੀ ਅਤੇ ਉਹਨਾਂ ਨੂੰ ਹੋਇਆ ਕਿ ਹਾਂ ਜਾਣਾ ਹੀ ਹੈ ਇੱਕ ਜਦੋਂ ਇੱਕ ਡਾਇਲੋਗ ਸੀਗਾ ਸਰਦਾਰ ਸੋਹੀ ਸਾਹਿਬ ਮਾਰ ਰਹੇ ਕਿ ਦੇਖਿਆ ਦਬਾ ਕੇ ਰੱਖੀ ਹੈ ਨਾ ਬੋਲਣ ਦਿੱਤੀ ਨਹੀਂ ਜੱਟ ਨੇ ਦੇਖੋ ਉਹ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਹੁੰਦੀਆਂ ਸੀ ਅੱਜ ਕੱਲ੍ਹ ਤਾਂ ਯਾਰ ਸਾਰਾ ਕੁਝ ਬਰਾਬਰ ਆ ਹਸਬੈਂਡ ਵਾਈਫ ਬਰਾਬਰ ਆ ਕੋਈ ਇਹ ਨਹੀਂ ਜਿਵੇਂ ਅੰਗਰੇਜ਼ ਫਿਲਮ 'ਚ ਦਿਖਾਇਆ ਸੀਗਾ ਕਿ ਬੰਦਾ ਅੱਗੇ ਚੱਲਦਾ ਪਿਆ ਅਤੇ ਬੁੜੀ ਪਿੱਛੇ ਚੱਲਦੀ ਹੈ ਬਰਾਬਰ ਵੀ ਨਹੀਂ ਮਤਲਬ ਚੱਲ ਸਕਦੇ ਅੱਗੇ ਇੱਦਾਂ ਦਾ ਰਿਵਾਜ਼ ਹੁੰਦਾ ਸੀਗਾ ਅਤੇ ਆਪਣੀ ਮਤਲਬ ਇਸ ਕੌਮ ਕਮਿਊਨਿਟੀ ਦੇ ਵਿੱਚ ਇੱਦਾਂ ਸਮਝਿਆ ਜਾਂਦਾ ਸੀ ਕਿ ਜਿਹੜਾ ਬੱਚਾ ਬੰਦਾ ਇੱਦਾਂ ਕਰਦਾ ਉਹ ਥੱਲੇ ਲੱਗਿਆ ਜਨਾਨੀ ਦੇ ਜਾਂ ਇੱਦਾਂ ਦੀਆਂ ਆਲ ਦੈਟ ਹੈ ਨਾ ਕਹਾਣੀਆਂ ਚੱਲਦੀਆਂ ਰਹਿੰਦੀਆਂ ਪਰ ਮੇਰੇ ਖਿਆਲ ਹੁਣ ਲੋੜ ਆ ਥੋੜ੍ਹੀ ਅੱਗੇ ਵਧਣ ਦੀ ਅਤੇ ਇਹ ਹੁਣ ਬਰਾਬਰ ਜਿਹੜੀਆਂ ਚੀਜ਼ਾਂ ਕਿਉਂਕਿ ਆਪਣਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕਿਉਂ ਬੰਦਾ ਆਖਿਆ ਜਿੱਤ ਜੰਮੇ ਰਾਜਾਨ ਤਾਂ ਫਿਰ ਇੱਦਾਂ ਦੇ ਭੇਦਭਾਵ ਆਪਾਂ ਕਰਨ ਵਾਲੇ ਕੌਣ ਹੁੰਦੇ ਹਾਂ ਨਹੀਂ ਕਰਨੇ ਚਾਹੀਦੇ ਸੋ ਇਹਨੂੰ ਫਿਲਮ ਨੂੰ ਇੱਕ ਵਧੀਆ ਢੰਗ ਦੇ ਨਾਲ ਲਈਏ ਤਾਂ ਦੇਖੀਏ ਕਿ ਇਹਦੇ ਵਿੱਚ ਬਹੁਤ ਸਾਰਾ ਲਾਫਟਰ ਹੋਏਗਾ ਅਤੇ ਇਹ ਮੇਰੇ ਖਿਆਲ ਇਹਨਾਂ ਨੇ ਹਸਬੈਂਡ ਵਾਈਫ ਦੀ ਲੜਾਈ ਕਰਾ ਦੇਣੀ ਹੈ ਇਹ ਕਿਤੇ ਮਾੜਾ ਜਿਹਾ ਹਸਬੈਂਡ ਵੀ ਆਪਦੇ ਘਰ ਵਾਲੇ ਨੂੰ ਆਏ ਅੱਖ ਦੀ ਘੂਰ ਨਾਲ ਵੀ ਝਾਕੇ ਨਾ ਅਤੇ ਉਹਨਾਂ ਨੇ ਫਿਲਮ ਦੇ ਤਾਨੇ ਦੇ ਕੇ ਮਾਰ ਦੇਣਾ ਮੈਨੂੰ ਲੱਗਦਾ ਥੀਏਟਰ 'ਚ ਵੀ ਵੇਖਣ ਜਾਇਓ ਫਿਲਮ
ਅਤੇ ਮੈਂ ਕਹਿੰਦਾ ਪਹਿਲਾਂ ਆਪਦੀਆਂ ਪਹਿਲਾਂ ਘਰ ਵਾਲੀਆਂ ਚਲੀ ਜਾਣ ਸਹੇਲੀਆਂ ਸਹੇਲੀਆਂ ਫਿਰ ਬੰਦੇ ਬੰਦੇ ਜਾ ਵੜਨ ਕਿ ਜਦੋਂ ਇਕੱਠੇ ਜਾਓਗੇ ਤਾਂ ਮੈਨੂੰ ਲੱਗਦਾ ਥੀਏਟਰ ਦੇ ਵਿੱਚ ਇੱਕ ਪੰਗਾ ਪੈ ਸਕਦਾ ਠੀਕ ਹੈ ਸੋ ਜਿਹੜੇ ਵਿਆਹੇ ਆ ਉਸ ਗੱਲ ਨੂੰ ਸਮਝ ਸਕਦੇ ਆ ਅਤੇ ਬਾਕੀ ਜਿਹੜੇ ਕੁਆਰੇ ਆ ਕੋਈ ਗੱਲ ਨਹੀਂ ਤੁਹਾਨੂੰ ਵੀ ਸਮਝ ਲੱਗ ਜਾਊਗੀ ਫਿਲਮ ਦੇਖ ਲਿਓ ਨਹੀਂ ਤਾਂ ਵਹਿ ਪਤਾ ਲੱਗ ਜਾਣਾ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਕਿੱਦਾਂ ਲੱਗੀ ਵੀਡੀਓ ਨੀਚੇ ਕਮੈਂਟ ਕਰਕੇ ਦੱਸਿਓ ਜ਼ਰੂਰ ਜਾਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਪੱਕਾ ਕਰਿਓ ਮਿਲਦੇ ਜ਼ਰੂਰੀ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।